ਲਓ ਜੀ, ਕਿਲ੍ਹਾ ਤਾਂ ਅਸੀਂ ਦੇਖਿਆ ਆ, ਹੁਣ ਨਿਕਲਦੇ ਹਾਂ ਅਸੀਂ ਅੱਗੇ ਵੱਲ ਨੂੰ। ਸੋ ਭਾਅ ਜੀ ਕੈਸਾ ਲੱਗਿਆ? ਠੀਕ ਲੱਗਿਆ? ਮਜ਼ਾ ਆ ਗਿਆ ਭਾਅ ਜੀ। ਚਲੋ ਠੀਕ ਹੈ ਜੀ, ਸੰਤੁਸ਼ਟੀ ਹੋ ਗਈ ਸਮਝੋ। ਓਕੇ, ਕੰਮ ਕੀ ਰਹਿਣਾ ਮੈਨੂੰ ਦੱਸ। ਲਓ ਜੀ, ਬੰਬ ਦੇ ਕਿਲ੍ਹੇ ਤੋਂ ਨਿਕਲ ਰਹੇ ਹਾਂ ਬਾਹਰ। ਭਾਜੀ ਚੌਕ ਇਹਨਾਂ ਨੇ ਬਹੁਤ ਵਧੀਆ ਬਣਾਏ ਹੋਏ ਆ। ਮੋਰ ਬਣਾਇਆ ਦੇਖਿਓ, ਉਹਦੀ ਜਿਹੜੀ ਬੈਕ ਸਾਈਡ ਹੈ ਮੋਰ ਦੀ, ਖੰਭਾਂ ਨੂੰ ਉਹੀ ਡਿਜ਼ਾਈਨ ਦਿੱਤਾ। ਤੇ ਆਪਾਂ ਜਾਣਾ ਕਿੱਧਰ ਨੂੰ ਹੁਣ? ਆਪਾਂ ਇੱਕ ਵਾਰੀ ਸ਼ਹਿਰ ਜਾਣਾ ਹੈ ਇੱਧਰੋਂ, ਹੈ ਨਾ? ਠੀਕ ਹੈ, ਇੱਕ ਲੈਣਾ ਵਾ ਸੇਮ ਔਰ ਦੋ ਲੈਣੀਆਂ ਠੰਡੀਆਂ ਠੰਡੀਆਂ ਬੋਤਲਾਂ, ਪੀਲੀਆਂ ਨੀਲੀਆਂ ਵਾਲੀਆਂ। ਅੱਛਾ, ਹਰੀਆਂ ਵਾਲੀਆਂ ਸਰ? ਕਾਹਦੀਆਂ, ਪਾਣੀ ਦੀ? ਨਹੀਂ, ਉਹ ਆਪਾਂ ਪਹਿਲਾਂ ਹੀ ਪੀਤੀਆਂ ਸੀ ਭਾਅ ਜੀ। ਇੱਥੇ ਪੀਤੀਆਂ ਸੀ ਭਾਅ ਜੀ, ਇਰਾਨ 'ਚ ਯਾਰ। ਜਾਤੀ ਆ ਤੇ ਮੈਨੂੰ ਨਹੀਂ, ਕੋਈ ਗੱਲ ਨਹੀਂ, ਬੰਦਾ ਠੀਕ ਨਹੀਂ, ਕੋਈ ਗੱਲ ਨਹੀਂ। ਇਹਨੇ ਦੁੱਧ ਪੀ ਲਿਆ, ਮੈਂ ਉਹ ਪੀ ਲਈ। ਅੱਛਾ, ਤੇ ਮੈਨੂੰ ਕੁਛ ਵੀ ਨਹੀਂ, ਜਿਹੜਾ ਮੇਰਾ ਪੇਟ ਖਰਾਬ ਹੋਇਆ ਜੀ। ਕਿੱਦਾਂ ਦੇ ਬੰਦੇ ਆ, ਕੱਚਾ ਭਾਅ ਜੀ। ਰਾਈਟ, ਆਏ 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 ਯਾਰ, ਇਸ ਤਰ੍ਹਾਂ ਦੇ ਨਾਲੇ ਬਹੁਤ ਭਾਅ ਜੀ, ਐਵੇਂ ਪਾਣੀ ਵਾਲੇ। ਪਾਣੀ ਆ ਰਿਹਾ ਇਹਦੇ 'ਚ? ਹਾਂ ਭਾਅ ਜੀ, ਪਾਣੀ ਸਾਫ਼ ਹੈ ਬਹੁਤ, ਬਿਲਕੁਲ ਪੀਣ ਵਾਲਾ ਨਹੀਂ ਨਾ। ਸਾਨੂੰ ਸਿਮ ਕਾਰਡ ਦੀ ਥੋੜ੍ਹੀ ਪ੍ਰੋਬਲਮ ਹੋਈ, ਥੋੜ੍ਹੀ ਕੀ ਬਹੁਤ ਜ਼ਿਆਦਾ ਪ੍ਰੋਬਲਮ ਇੱਥੇ, ਕਿਉਂਕਿ ਇੰਟਰਨੈਟ ਤੋਂ ਬਗੈਰ ਤਾਂ ਬਿਲਕੁਲ ਵੀ ਕੁਛ ਨਹੀਂ ਹੈਗਾ ਇੱਥੇ। ਤਾਂ ਟਰਾਈ ਕਰ ਰਹੇ ਹਾਂ, ਉਹ ਪਿੱਛੇ ਭਾਅ ਜੀ ਹੋਰੀ ਲੱਗੇ ਨੇ ਟਰਾਈ ਕਰਨ ਸਿਮ ਲੈਣ ਦੀ। ਔਰ ਇੱਕ ਗੱਲ ਦੀ ਸਮਝ ਨਹੀਂ ਆ ਰਹੀ, ਇਹਨਾਂ ਨੇ ਸੜਕ ਦੇ ਨਾਲ ਨਾਲ ਪਾਣੀ ਆ ਰਿਹਾ ਸਾਫ਼ ਬਿਲਕੁਲ, ਔਰ ਕਿੱਥੋਂ ਆ ਰਿਹਾ ਔਰ ਕਿੱਧਰ ਜਾ ਰਿਹਾ, ਇਸ ਚੀਜ਼ ਦਾ ਕਿਸੇ ਨੂੰ ਕੁਛ ਆਈਡੀਆ ਹੋਇਆ ਤਾਂ ਦੱਸਿਓ ਜ਼ਰੂਰ। ਲਓ ਜੀ, ਇੱਕ ਟਰਾਈ ਇੱਥੋਂ ਲੈਂਦੇ ਹਾਂ ਸਿਮ ਲੈਣ ਦੀ। ਭਾਅ ਜੀ ਕੀ ਹੈ ਚਾਂਸ ਕੋਈ ਮਿਲਦਾ ਇੱਥੋਂ? ਲਿਖਿਆ ਹੈ ਨਾ ਐਪਲ ਦਾ ਨਿਸ਼ਾਨ ਵੀ ਬਣਿਆ, ਫੋਨ ਨਾ ਮਿਲਦੇ, ਹੁਣ ਸਿਮ ਦੇਖ ਲੈਂਦੇ ਮਿਲਦੀ ਕਿ ਨਹੀਂ। ਇਰਾਨ ਦੇ ਵਿੱਚ ਸਿਮ ਲੈਣਾ ਇੱਕ ਬਹੁਤ ਵੱਡਾ ਅਤੇ ਔਖਾ ਕੰਮ ਹੈ, ਮਿਲੇ ਨਾ ਮਿਲੇ ਕੁਛ ਨਹੀਂ ਕਹਿ ਸਕਦੇ, ਲੱਗਦਾ ਫਿਰ ਨਹੀਂ ਮਿਲੇਗੀ। ਆ ਦੇਖੋ, ਨਹੀਂ ਇੱਥੇ ਵੀ ਨਹੀਂ ਮਿਲੇਗੀ, ਅੱਗੇ ਜਾ ਕੇ ਟਰਾਈ ਕਰਦੇ ਹਾਂ। ਆ ਦੇਖ ਲਓ ਜੀ, ਸ਼ੋਪਿੰਗ ਸੈਂਟਰ ਬੰਬ ਦਾ, ਬੰਬ ਵਾਲਿਆਂ ਨੇ ਕੱਢਿਆ ਬੰਬ। ਬੈਂਕ ਔਰ ਸਾਹਮਣੇ ਆ ਰਹੀ ਮਾਸਕ। ਮੈਂ ਕਿਹਾ ਮੈਂ ਬਿਲਕੁਲ ਸਲੋ ਜਾਣਾ, ਪਤਾ ਨਹੀਂ ਕਰਕੇ ਉਹਨੇ ਇੱਥੇ ਦੱਸਿਆ ਨਾ। ਜੀ ਜਨਾਬ, ਲਓ ਜੀ, ਇੱਥੇ ਅਸੀਂ ਸਿਮ ਲੈਣ ਲੱਗੇ ਸੀ ਪਰ ਸਿਮ ਤਾਂ ਨਹੀਂ ਮਿਲਿਆ, ਪਰ ਇੱਕ ਮਾਸਕ ਦਿਖਿਆ ਬੜਾ ਸੋਹਣਾ ਸਾਹਮਣੇ, ਦੇਖੋ। ਇਹਨਾਂ ਨੇ ਪਾਣੀ ਦੀ ਨਿਕਾਸੀ ਸਾਰੇ ਪਾਸੇ ਕੀਤੀ ਹਰ ਸੜਕ ਦੇ ਉੱਤੇ, ਔਰ ਇਹਨਾਂ ਨੇ ਪਤਾ ਨਹੀਂ ਕਿੱਦਾਂ ਇਹਦਾ ਲੇਵਲ ਕੀਤਾ ਹੋਏਗਾ ਔਰ ਕਿੱਦਾਂ ਕੀ ਸਿਸਟਮ ਹੈ, ਕੁਛ ਸਮਝ ਨਹੀਂ ਆ ਰਿਹਾ, ਪਰ ਪਾਣੀ ਹੈ ਸਾਫ਼, ਲੋਕਾਂ ਨੇ ਇੰਨਾ ਗੰਦ ਵੀ ਨਹੀਂ ਪਾਇਆ। ਸਾਡੇ ਤਾਂ ਇਸ ਪਾਣੀ ਦੇ ਵਿੱਚ ਥੱਲੇ ਕੁਛ ਵੀ ਤੁਸੀਂ ਦੇਖ ਨਹੀਂ ਸਕਦੇ, ਪਰ ਇਹ ਦੇਖੋ ਬਿਲਕੁਲ ਸਾਫ਼ ਪਾਣੀ ਔਰ ਸਾਹਮਣੇ ਬਿਲਕੁਲ ਮਾਸਕ। ਇਹ ਦੇਖੋ ਜੀ, ਸਾਹਮਣੇ ਇੱਕ ਬੰਦਾ ਰਿਪੇਅਰ ਕਰ ਰਿਹਾ ਕੂਲਰ ਦੀ, ਔਰ ਕੂਲਰ ਦੇ ਅੰਦਰ ਮੋਟਰ ਬੜੀ ਤਕੜੀ ਲਗਾਈ ਇਹਨੇ। ਆਹ ਦੇਖੋ,
ਇਹ ਮੋਟਰ ਵੈਸੇ ਮੈਂ ਜਰਮਨੀ ਦੇ ਵਿੱਚ ਦੇਖੀ ਸੀ ਤਾਂ ਏਸੀ ਨੂੰ ਉਹਦੇ ਅੰਦਰ ਯੂਜ਼ ਕਰਦੇ ਹਾਂ ਜਿਹੜਾ ਧੂੰਆਂ ਖਿੱਚਦਾ ਬਾਹਰ ਨੂੰ, ਜਰਮਨੀ ਦੇ ਵਿੱਚ ਤਾਂ ਹੌਬੇ ਕਹਿੰਦੇ ਨੇ। ਲਓ ਜੀ, ਸਾਡੇ ਦੋਵੇਂ ਭਾਅ ਜੀ ਨਿਰਾਸ਼ ਹੁੰਦੇ ਵਾਪਸ ਆ ਰਹੇ ਨੇ ਕਿਉਂਕਿ ਲੱਗਦਾ ਸਿਮ ਮਿਲੀ ਨਹੀਂ, ਚਿਹਰਿਆਂ ਤੋਂ ਤਾਂ ਇੱਦਾਂ ਲੱਗ ਰਿਹਾ ਨਹੀਂ ਨਹੀਂ ਮਿਲੀ, ਬੰਦ ਹੈ। ਲਓ ਜੀ, ਟਰਾਈ ਜਾਰੀ ਹੈ ਤਾਂ ਭਾਅ ਜੀ ਨੇ ਸਿਮ ਕਾਰਡ ਦੀ ਦੁਕਾਨ ਲੱਭ ਹੀ ਲਿੱਤੀ ਆਖਿਰ ਨੂੰ। ਹੈਲੋ ਮਾਈ ਬੋਲ, ਹੈਲੋ। ਸੋ ਇਹ ਹੈਗੀ ਸਿਮ ਕਾਰਡ ਦੀ ਦੁਕਾਨ, ਔਰ ਟਰਾਈ ਕਰਦੇ ਹਾਂ ਤੂੰ ਸਿਮ ਲੈਣ ਦੀ। ਪਾਸਪੋਰਟ ਕਿੱਥੇ ਪਏ ਨੇ ਭਲਾ? ਇੰਡੀਆ, ਹਿੰਦੀ 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 ਕਾਰ, ਅਲਮਾਨੀਆ ਅਲਮਾਨੀ। ਨੋ ਪ੍ਰੋਬਲਮ, ਪ੍ਰੋਬਲਮ ਵਿਦ ਸਿਮ ਕਾਰਡ, ਨੋ ਵੀ ਪੀ ਐਨ ਪ੍ਰੋਬਲਮ, ਨੋ ਇੰਟਰਨੈਟ। ਡਾਕਟਰ, ਓ ਓਕੇ, ਨੀਡ ਹੈਲਪ? ਯੈਸ ਯੈਸ। ਹੈਲੋ ਹੈਲੋ। ਸੋ ਇਹ ਸਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਡਾਕਟਰ ਹੈ, ਕਿਉਂਕਿ ਸਿਮ ਕਾਰਡ ਨੂੰ ਚਲਾਉਣਾ ਇੱਕ ਆਸਾਨ ਕੰਮ ਨਹੀਂ ਹੈਗਾ, ਉਹਦੇ ਵਾਸਤੇ ਇੱਕ ਵੀ ਪੀ ਐਨ ਲਗਾਉਣਾ ਪੈਂਦਾ। ਇੱਥੇ ਈਰਾਨ ਦੇ ਵਿੱਚ ਵੀ ਪੀ ਐਨ ਤੋਂ ਬਗੈਰ ਤੁਹਾਡਾ ਇੰਟਰਨੈਟ ਕੰਮ ਨਹੀਂ ਕਰੇਗਾ। ਔਰ ਇਹ ਆ ਰਿਹਾ ਮਰਸਡੀਜ਼ ਦਾ ਟਰੱਕ। ਓਕੇ, ਗੱਡੀ ਲੈ ਚੱਲੀ ਨਾਲ, ਗੱਡੀ ਲੈ ਚੱਲੀ ਨਾਲ। ਗੱਡੀ ਬੜੀ ਜ਼ਬਰਦਸਤ ਗੱਡੀ ਹੈ, ਟਰੱਕ ਬੜੀਆਂ ਰੇਸਾਂ ਦੇ ਰਿਹਾ, ਡਰਾਈ ਜਾਂਦਾ। ਓਕੇ, ਵਿਚ ਕੰਟਰੀ? ਹਾਂ, ਜੀਐਮਸੀ। ਚੀਨਾ, ਚਾਈਨ, ਹਾਂ, ਈਰਾਨ, ਈਰਾਨ ਚੀਨ ਦਾ ਮਿਕਸ। ਈਰਾਨ ਮੌਂਟਾਜ, ਅੱਛਾ, ਐਡੀ ਗੱਡੀ ਹੈ, ਈਰਾਨ ਔਰ ਚਾਈਨਾ ਨੇ ਮਿਲ ਕੇ ਬਣਾਈ ਕਹਿ ਰਿਹਾ। ਮੇਰੇ ਕੋਲ, ਹਾਂ, ਮੇਰਾ ਪਾਸਪੋਰਟ ਕੋਲ ਹੈ। ਠੀਕ ਹੈ, ਦਰਅਸਲ ਪਾਣੀ ਦੀ ਲੀਕੇਜ ਹੋਣ ਕਰਕੇ ਇਹ ਸੜਕ 'ਤੇ ਪਾਣੀ ਗਿਆ। ਇਹ ਦੇਖੋ, ਪਾਣੀ ਦੀ ਲੀਕੇਜ ਹੋ ਗਈ ਇੱਥੋਂ ਦੀ। ਸੋ ਇੱਕ ਬੰਦਾ ਮਿਲਿਆ, ਵਿਚਾਰਾ ਕਹਿ ਰਿਹਾ ਵੀ ਮੈਂ ਤੁਹਾਨੂੰ ਇੱਥੋਂ ਦੀ ਵੀ ਪੀ ਐਨ ਡਾਊਨਲੋਡ ਕਰਵਾ ਕੇ ਦਿੰਦਾ, ਕਿਉਂਕਿ ਵੀ ਪੀ ਐਨ ਤੋਂ ਬਗੈਰ ਇਹ ਕੰਮ ਨਹੀਂ ਕਰਦਾ ਸਿਮ ਕਾਰਡ। ਸੋ ਅਸੀਂ ਜਾ ਰਹੇ ਹਾਂ ਇੱਕ ਸ਼ੋਪ 'ਤੇ, ਦੇਖਦੇ ਹਾਂ ਕੀ ਕਰਦੇ ਨੇ ਉੱਥੇ, ਤਾਂ ਤੁਹਾਨੂੰ ਵੀ ਜਾਣਕਾਰੀ ਦਿੰਦੇ ਹਾਂ। ਦੱਸਦਾ ਚਾਹਾਂ ਕਿ ਇਸ ਸਿਮ ਦੀ ਪ੍ਰਾਈਜ਼ ਹੈਗੀ ਸੀ $3 ਔਰ 4 ਮਿਲੀਅਨ ਰਿਆਲ, 4 ਮਿਲੀਅਨ ਰਿਆਲ ਦਾ ਇੱਕ ਸਿਮ ਕਾਰਡ ਮਿਲਿਆ ਇੱਥੋਂ ਦੀ, ਔਰ 40 GB ਇਹਦੇ ਵਿੱਚ ਇੰਟਰਨੈਟ ਦੀ ਉਹਨਾਂ ਨੇ ਪੈਕੇਜ ਦਿੱਤਾ। ਸੋ ਜੇ ਬੰਦਾ ਲੈ ਕੇ ਆਇਆ ਸੀ ਸਾਨੂੰ ਇੱਥੇ ਮੋਬਾਈਲਾਂ ਦੀ ਦੁਕਾਨ 'ਤੇ, ਜਿਨ੍ਹਾਂ ਨੇ ਸਿਮ ਕਾਰਡ ਐਕਟੀਵੇਟ ਕਰਨਾ ਸੀ ਵੀ ਪੀ ਐਨ ਲਗਾ ਕੇ, ਪਰ ਉਹ ਬੰਦ।
ਈਰਾਨ ਚੀਨ ਈਰਾਨ ਚੀਨ ਈਰਾਨ 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 ਮਨੀ ਮਨੀ ਵਿਚ ਹਾਊ ਮਚ ਚਾਂਦ ਪੁਲਿਸ਼ $20,000 ਦੀ ਲਓ ਜੀ, ਸਿਮ ਤੇ ਸੀ ਲਿੱਤਾ ਸੀ ਖਰੀਦ, ਪਰ ਗੱਲ ਨੀ ਬਣੀ ਹੈਗੀ, ਐਕਟੀਵੇਟ ਨੀ ਹੋਇਆ। ਕੀ ਕਹਿ ਰਹੇ? ਗੈਸ ਆਈ, ਡੀਜ਼ਲ 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 ਰੋ ਚ ਸੁਰਅਤ ਸੁਰਅਤ ਦਿਵਿਸਤ ਦਿਵਿਸਤ ਵੀਰ ਨੋ ਆ ਓ 60 ਸਦਸ਼ਾਸ ਸਦਸ਼ਾਸ ਮਰਸੀ ਓਕੇ ਹਾਂ ਨਾ ਨਿਸ਼ ਗੋ ਗੋ ਤਾਂ ਮੇਰਾ ਕੇਰਮਾ ਨਾ ਤੁਨੇ ਸਵਾਲ ਕੋਜਾ ਵਾਰ ਹਾਂ ਬੋਰਮ ਜੀ ਡਿਪਲੋਮਟ ਬਦਰ ਨੋ ਵਰਕਿੰਗ ਬਿਚੀ ਮਿਗਾ ਨੋ ਵਰਕਿੰਗ ਫੋਨ ਸਿਮ ਮੇਜਨ ਨਾ ਨਾ ਬਗਨ ਨੋ ਚੇਅਰਮੈਨ ਕੈਰਮਨ ਕੈਰਮਨ VPN ਸਿਮ ਇਜ਼ ਓਕੇ VPN ਆ VPN ਹੈਂਡ ਆਲਮਨ ਹੈਂਡ ਪਾਕਿਸਤਾਨ ਸਿੱਕੇ ਸ਼ਵਾਰ ਰਫੀਕ ਆ ਬੜੇ ਉਹਾਰੀ ਵਾਲਾ ਯੈਸ ਬੈਲੈਂਸ ਚੈੱਕ ਬੈਲੈਂਸ ਸ਼ਮਾਰ ਬੈਲੈਂਸ ਯੈਸ ਬਰਦਰ ਯੈਸ ਬਰਦਰ ਰੇਤ ਦਾ ਤੂਫਾਨ ਚੱਲ ਰਿਹਾ ਜੀ ਬਾਹਰ, ਔਰ ਅਸੀਂ ਪੱਖਾ ਵੀ ਬੰਦ ਕਰ ਲਿਆ, ਫਿਰ ਵੀ ਮਿੱਟੀ ਅੰਦਰ ਆ ਰਹੀ, ਪਤਾ ਲੱਗ ਰਿਹਾ ਵੀ ਮਿੱਟੀ ਸਾਡੇ ਅੰਦਰ ਜਾ ਰਹੀ। ਚਾਰੇ ਪਾਸੇ ਮਿੱਟੀ ਹੀ ਮਿੱਟੀ ਦੇ ਟਿੱਬੇ, ਇੰਨਾ ਪ੍ਰੈਸ਼ਰ ਹੈ ਕਿ ਗੱਡੀ ਕਦੇ ਦੂਜੇ ਟਰੈਕ 'ਚ ਜਾਂਦੀ, ਕਦੇ ਉੱਧਰਲੇ ਟਰੈਕ 'ਚ। ਭਾਅ ਜੀ ਕੀ ਕੀ ਆਖੋਗੇ ਇਹਦੇ ਬਾਰੇ, ਹੁਣ ਕੀ ਕਹੀਏ? ਇਹ ਰੇਤ ਦੀ ਤੂਫਾਨ ਬੰਦ ਕੀਤਾ ਭਾਅ ਜੀ, ਸਾਰਾ ਕੁਝ ਬੰਦ ਕਰਤਾ ਮੈਂ, ਪੱਖੇ ਅੰਦਰ ਦੀ ਹਵਾ ਹਰ ਚੀਜ਼ ਬੰਦ ਕੀਤੀ, ਪਰ ਮੈਨੂੰ ਬੋਲਦੇ ਹੋਏ ਮਹਿਸੂਸ ਹੋ ਰਿਹਾ ਵੀ ਜਿੱਦਾਂ ਅੰਦਰ ਆ ਰਿਹਾ, ਅੰਦਰ ਕੱਟਾ ਥੋੜ੍ਹਾ ਜਿਹਾ। ਇਹ ਹੁਣ ਪਤਾ ਨਹੀਂ ਕਿੰਨਾ ਕੁ ਕਿਲੋਮੀਟਰ ਇੱਦਾਂ, ਗੱਡੀ ਉੱਤੇ ਧੋਤੀ ਨਹੀਂ ਤਾਂ ਇੱਕ ਹੋਰ ਪਰੇਸ਼ਾਨੀ ਬਣ ਜਾਵੇ।
ਬਿਲਕੁਲ ਸਾਹਮਣੇ ਜੋ ਦੇਖ ਰਹੇ ਹੋ ਪਹਾੜ, ਉਹਦੇ ਬਿਲਕੁਲ ਟੌਪ ਦੇ ਉੱਤੇ ਬਰਫ਼ ਪਈ ਹੋਈ ਆ, ਔਰ ਜਿਹੜਾ ਲੈਫਟ ਸਾਈਡ 'ਤੇ ਪਹਾੜ ਨੇ ਉਹਨਾਂ ਦੇ ਉੱਪਰ ਵੀ ਥੋੜ੍ਹੀ ਥੋੜ੍ਹੀ ਕਿਨਾਰੀ ਨਜ਼ਰ ਆ ਰਹੀ। ਲਓ ਜੀ, ਬੜੀ ਮੁਸ਼ਕਲਾਂ ਤੋਂ ਬਾਅਦ, ਇੰਨੇ ਘੁੰਮਣ ਤੋਂ ਬਾਅਦ ਡੀਜ਼ਲ ਮਿਲਿਆ ਸਾਨੂੰ ਇੱਕ ਥਾਂ 'ਤੇ, ਔਰ ਦੇਖਦੇ ਹਾਂ ਕੀ ਕੁਛ ਪ੍ਰਾਈਜ਼ ਦਿੰਦੇ ਨੇ ਇੱਥੇ, ਕਿਉਂਕਿ ਫ੍ਰੀ ਵਾਲੀ ਥਾਂ ਤੋਂ ਤਾਂ ਅਸੀਂ ਇੱਕ ਵਾਰੀ ਪਵਾ ਚੁੱਕੇ ਹਾਂ, ਔਰ ਇੱਥੇ ਰੁਕ ਹਾਂ, ਇੱਥੋਂ ਦੀ ਹੁਣ ਡੀਜ਼ਲ ਦੀ ਇੱਕ ਵਾਰੀ ਟੈਂਕੀ ਫੁੱਲ ਕਰਾਉਂਦੇ ਹਾਂ। ਇੱਥੇ ਲੋਕ ਤੇਲ ਪਵਾਉਣ ਪਿੱਛੇ ਲੜ ਪੈਂਦੇ ਨੇ ਵਾਰੀ ਪਿੱਛੇ ਵੀ, ਅਤੇ ਆਹ ਦੇਖੋ ਕੀ ਹਾਲ ਹੋਇਆ ਇਹਨਾਂ ਦਾ, ਬਹਿਸਬਾਜ਼ੀ ਕਰ ਰਹੇ ਨੇ ਇੱਕ ਦੂਜੇ ਨਾਲ, ਮੈਂ ਪਹਿਲਾਂ ਪਵਾਉਣਾ, ਪਰ ਗਲਤੀ ਇਹਦੀ ਹੈ। ਇਹ ਇੱਥੇ ਦੀਆਂ VIP ਸਰਵਿਸ ਬੱਸਾਂ ਨੇ, ਇਹ ਵੀ ਦੂਜੇ ਪਾਸੋਂ ਘੁੰਮ ਕੇ ਆ ਕੇ ਬੈਕ ਕਰਕੇ ਉੱਥੋਂ ਦੀ ਉੱਧਰੋਂ ਦੀ ਰੋਂਗ ਸਾਈਡ ਤੋਂ ਆ ਕੇ ਇੱਥੇ ਤੇਲ ਵਾਲੀ ਜਗ੍ਹਾ 'ਤੇ ਜ਼ਬਰਦਸਤੀ ਕਰਦੇ ਨੇ ਥੋੜ੍ਹੀ ਜੀ। ਆ ਖੜੇ ਨੇ ਜੀ ਮਰਸਡੀਜ਼ ਦੇ ਟਰੱਕ, ਔਰ ਅਸੀਂ ਕਾਫੀ ਲੰਬਾ ਸਫ਼ਰ ਕੀਤਾ ਗੱਡੀ ਦੇ ਵਿੱਚ, ਸਾਰਾ ਰੇਤਾ ਹੀ ਰੇਤਾ, ਐਨੂੰ ਸ਼ੀਸ਼ਾ ਵੀ ਗੰਦਾ, ਅੰਦਰ ਬਾਹਰ ਸਾਰੇ ਰੇਤ ਹੋ ਗਈ ਸੀ, ਤੋ ਇੱਥੋਂ ਦੀ ਟੂਟੀ ਲੱਗੀ ਹੈ, ਪਾਈਪ ਲਾ ਕੇ ਕੀਤਾ ਥੋੜ੍ਹਾ ਜਿਹਾ ਇਹਨੂੰ ਸਾਫ਼, ਔਰ ਪ੍ਰੋਬਲਮ ਪਤਾ ਨਹੀਂ ਕੀ ਆ ਰਹੀ ਗੱਡੀ ਦੇ ਵਿੱਚ, ਵਾਰ ਵਾਰ ਗਰਮ ਹੋਈ ਜਾ ਰਹੀ, ਪਾਣੀ ਖਤਮ ਹੋਈ ਜਾ ਰਿਹਾ ਗੱਡੀ ਦਾ, ਹੋ ਸਕਦਾ ਕਿ ਸ਼ਾਇਦ ਰੇਤ ਇਹਦੇ ਰੇਡੀਏਟਰ 'ਚ ਫਸੀ ਜਾਂ ਕੀ ਪ੍ਰੋਬਲਮ ਹੈ, ਇਹ ਤਾਂ ਅੱਗੇ ਜਾ ਕੇ ਹੁਣ ਦੇਖਾਂਗੇ। ਫਿਲਹਾਲ ਇੱਥੇ ਕੋਈ ਮਕੈਨਿਕ ਨਹੀਂ ਹੈ ਸਾਡੇ ਕੋਲ। ਦੇਖੋ ਜੀ ਸੀਖ ਕਬਾਬ ਬਣ ਰਿਹਾ ਇੱਧਰ, ਸੀਖ ਕਬਾਬ ਹਜੇ ਉਹਨੇ ਚਲਾਇਆ, ਇੱਧਰ ਟਮਾਟਰ ਲਗੇ ਨੇ ਅਤੇ ਇਸ ਤੋਂ ਬਾਅਦ ਇਹਦੇ ਉੱਤੇ ਸੀਖਾਂ ਲਾਣਗੇ ਚਿਕਨ ਦੀਆਂ, ਤਾਂ ਅੱਜ ਦੇ ਸ਼ਾਮ ਵਾਸਤੇ ਇਹੀ ਮਿਲਿਆ ਸਾਨੂੰ ਇੱਥੇ ਖਾਣ ਨੂੰ, ਬਾਕੀ ਦੇਖਦੇ ਹਾਂ।
ਨਾਲ। ਲਓ ਜੀ ਇਹਨੇ ਲਾਏ ਨੇ ਟਮਾਟਰ ਪਹਿਲਾਂ, ਅਤੇ ਉਹ ਨਾਲ ਪਈ ਹੈ ਪੈਪਰੋਨੀ ਪਾਪਰੀਕਾ ਜੋ ਵੀ ਬੋਲਦੇ ਹਨ, ਹਰੀਆਂ ਮਿਰਚਾਂ ਨੂੰ। ਇਹ ਇੰਨੀਆਂ ਤੇਜ਼ ਨਹੀਂ ਹੁੰਦੀਆਂ ਪਰ ਗ੍ਰਿਲ ਕਰਨ ਤੋਂ ਬਾਅਦ ਇਹ ਬਹੁਤ ਸਵਾਦ ਲੱਗਦੀਆਂ। This one? Yeah. ਲਓ ਜੀ ਹਰੀਆਂ ਮਿਰਚਾਂ ਲਗਾਈਆਂ ਜਾ ਰਹੀਆਂ ਨੇ, ਇਹ ਵੀ ਗ੍ਰਿਲ ਦੇ ਉੱਤੇ ਲਾਉਣਗੇ। ਪਸ਼ੂ ਨੇ ਚੇਂਜ ਕਰਤਾ ਨੂੰ। ਲਓ ਜੀ ਇੱਥੇ ਸਾਡਾ ਅੱਜ ਡਿਨਰ ਲੱਗੇਗਾ ਉੱਪਰ, ਲਾਸਟ ਟਾਈਮ ਤਰ੍ਹਾਂ ਸੇਮ ਉਹੀ ਖਾਣਾ। ਕਿਉਂ ਭਾਅ ਜੀ ਕੀ ਖਾਣਾ ਅੱਜ? ਦਾਲ ਅਤੇ ਹੈਗੀ ਇੱਥੇ ਦਾਲ, ਪਰ ਆਪਣੇ ਇੰਡੀਆ ਦੀ ਦਾਲ ਨਹੀਂ ਹੈਗੀ ਹੈ ਭਾਅ ਜੀ। ਪਿਆਜ਼ ਨਹੀਂ ਬਣਦੇ, ਪਿਆਜ਼ ਨਹੀਂ ਬਣਦੇ। ਦੇਖੋ ਆਪਾਂ ਸਾਰੀ ਰਾਤ ਖਾਣੀ ਆਏ ਹਾਂ, ਕਣਕ ਨਹੀਂ ਹੈਗੀ ਇਹਨਾਂ ਕੋਲ। ਇਹ ਰੋਟੀ ਕਾਹਦੀ ਭਾਅ ਜੀ? ਇਹ ਹੈ ਤਾਂ ਕਣਕ ਦੀ ਹੈ, ਪਰ ਉਹ ਚੀਜ਼ ਨਹੀਂ ਹੈਗੀ ਹੈ ਨਾ, ਉਹ ਚੀਜ਼ ਨਹੀਂ ਹੈਗੀ। ਉਹ ਮਸ਼ੀਨ 'ਚ ਬਣਾ ਕੇ ਵੜਦੀ ਰੋਟੀ, ਥੱਲੇ ਵੀ ਤਵਾ ਹੁੰਦਾ, ਉੱਪਰ ਵੀ ਤਵਾ, ਉਹਨੂੰ ਬੰਦ ਕਰ ਦਿੰਦੇ। ਉਹ ਅੱਛਾ ਅੱਛਾ ਅੱਛਾ। ਪਤਲੀ ਜੀ ਵਿੱਚ ਟੋਸਟਰ ਹੁੰਦਾ ਜਿੱਦਾਂ ਹੈ ਨਾ, ਹਾਂਜੀ ਉਸ ਟਾਈਪ ਦਾ। ਹਾਂ ਟੋਸਟਰ ਹੁੰਦਾ ਜੀ, ਹੈ ਨਾ, ਉਹਦਾ ਚਾਵਲਾਂ ਦੀ ਰੋਟੀ ਬਣ। ਲਓ ਜੀ ਇਹ ਆ ਗਿਆ ਅੱਜ ਦਾ ਸਾਡਾ ਡਿਨਰ। ਦੋ ਨੇ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਇਸ਼ਫਾਨ ਦੇ ਵਿੱਚ, ਅਤੇ ਸਵੇਰੇ ਅਸੀਂ ਇਸ ਮੋਸਕ ਨੂੰ ਐਕਸਪਲੋਰ ਕਰਾਂਗੇ, ਕਿਉਂਕਿ ਇਸ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ, ਔਰ ਸਫ਼ਰ ਵੀ ਅਸੀਂ ਅੱਜ ਬਹੁਤ ਜ਼ਿਆਦਾ ਕੀਤਾ, ਤਕਰੀਬਨ 700-800 ਕਿਲੋਮੀਟਰ ਦੇ ਆਸ ਪਾਸ ਸਫ਼ਰ ਕੀਤਾ। ਔਰ ਇੱਧਰ ਮੋਸਕ ਦੇ ਨਾਲ ਇੱਕ ਹੋਰ ਮੋਸਕ ਹੈ ਜਾਂ ਕੋਈ ਹੋਰ ਚੀਜ਼ ਹੈ, ਇਹਨੂੰ ਵੀ ਆਪਾਂ ਸਵੇਰੇ ਉੱਠ ਕੇ ਦੇਖਾਂਗੇ। ਔਰ ਇਸ ਟਾਈਮ ਮਾਰਕੀਟ ਦੇ ਵਿੱਚ ਕਾਫੀ ਲੋਕ ਲੱਗੇ ਫਿਰਦੇ ਨੇ, ਕਿਉਂਕਿ ਇਹਨਾਂ ਦਾ ਜੋ ਰੋਜ਼ਾ ਚੱਲ ਰਿਹਾ, ਔਰ ਇਸ ਟਾਈਮ ਫਿਰ ਲੋਕ ਖਾਣ ਪੀਣ ਵਾਸਤੇ ਬਾਹਰ ਨਿਕਲਦੇ ਨੇ। ਸੋ ਫਿਲਹਾਲ ਅਸੀਂ ਲੱਭ ਰਹੇ ਹਾਂ ਇੱਕ ਹੋਟਲ, ਤਾਂ ਟਰਾਈ ਕਰ ਰਹੇ ਨੇ ਭਾਅ ਜੀ ਉਹਦੇ ਅੰਦਰ ਰੂਮ ਲੱਭਣ ਦੀ।
ਸੋ ਜੇ ਹੈਗੀ ਉਹ ਮੋਸਕ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਸਵੇਰੇ ਦੇਖਣ ਵਾਸਤੇ, ਬਿਲਕੁਲ ਉੱਪਰ ਇਹਦੇ ਚੰਨ ਵੀ ਚੜਿਆ ਹੋਇਆ ਇਸ ਟਾਈਮ। ਔਰ ਇੱਧਰ ਹੈਗੀ ਨਾਲ ਹੀ ਇਹਦੇ ਮਾਰਕੀਟ, ਔਰ ਇਸ ਸਾਈਡ ਵੀ। ਲਓ ਜੀ ਜਿਹੜਾ ਆਪਣਾ ਰੂਮ ਹੈ ਇਹ ਵੀ ਬਿਲਕੁਲ ਆਪਾਂ ਨੂੰ ਮੋਸਕ ਦੇ ਸਾਹਮਣੇ ਹੀ ਮਿਲਿਆ, ਗੁੱਡ ਲੱਕ ਕਹਿ ਲਓ ਇਹਨੂੰ, ਬਿਲਕੁਲ ਸਾਹਮਣੇ। ਔਰ ਸਵੇਰੇ ਚੱਲਾਂਗੇ ਇਹਦੇ ਅੰਦਰ ਔਰ ਦੇਖਾਂਗੇ ਮੋਸਕ ਨੂੰ ਅੰਦਰੋਂ ਦੀ ਵੀ। ਸੋ ਫਿਲਹਾਲ ਸਾਡਾ ਰੂਮ ਇੱਦਾਂ ਦਾ, ਇਹ ਹੈਗਾ ਜੀ ਡਬਲ ਬੈੱਡ ਲੱਗਾ ਇੱਧਰ, ਔਰ ਇੱਧਰ ਹੈਗਾ ਇੱਕ ਡਬਲ ਬੈੱਡ ਇੱਧਰ ਵੀ। ਔਰ ਇਹ ਹੈਗਾ ਇੱਥੇ ਦਾ ਵਾਸ਼ਰੂਮ। ਲਓ ਜੀ ਫਿਰ ਹੁਣ ਕਰਦੇ ਹਾਂ ਆਰਾਮ, ਕਿਉਂਕਿ ਥਕਾਵਟ ਅੱਜ ਬਹੁਤ ਜ਼ਿਆਦਾ ਹੋਈ ਫਿਰ, ਕਿਉਂਕਿ ਅਸੀਂ ਤਕਰੀਬਨ ਅੱਜ 700-800 ਕਿਲੋਮੀਟਰ ਦਾ ਸਫ਼ਰ ਕੀਤਾ ਬੰਮ ਸ਼ਹਿਰ ਤੋਂ ਲੈ ਕੇ ਇਸ਼ਫਾਨ ਤੱਕ। ਸੋ ਕਾਫੀ ਲੰਬਾ ਸਫ਼ਰ ਸੀ, ਵਿੱਚ ਪ੍ਰੋਬਲਮਾਂ ਵੀ ਆਈਆਂ ਸਾਨੂੰ, ਜਿਵੇਂ ਕਿ ਤੇਲ ਪਾਉਣ ਦਾ, ਤੁਹਾਨੂੰ ਪਤਾ ਹੀ ਹੈ ਕਿ ਈਰਾਨ ਦੇ ਵਿੱਚ ਬਹੁਤ ਮੁਸ਼ਕਲ ਹੁੰਦੀ, ਸਾਡੇ ਕੋਲ ਉਹ ਕਾਰਡ ਨਹੀਂ ਹੈਗਾ ਜਿਹੜਾ ਲੋਕਾਂ ਨੂੰ ਇੱਥੇ ਇੱਕ ਕਾਰਡ ਮਿਲਦਾ ਜਿਹਦੇ ਨਾਲ ਤੇਲ ਪੈਂਦਾ, ਅਤੇ ਉਸ ਤੋਂ ਬਗੈਰ ਤੁਸੀਂ ਤੇਲ ਨਹੀਂ ਪਵਾ ਸਕਦੇ। ਫਿਰ ਅਸੀਂ ਕਈ ਪੰਪਾਂ 'ਤੇ ਜਾਣਾ ਪੈਂਦਾ, ਪੁੱਛਣਾ ਪੈਂਦਾ, ਫਿਰ ਕਈ ਵਿੱਚ ਐਸੇ ਪੰਪ ਵੀ ਹੈਗੇ ਨੇ ਜੋ ਤੇਲ ਪਾ ਦਿੰਦੇ ਨੇ ਪਰ ਥੋੜ੍ਹਾ ਮਹਿੰਗਾ ਮਿਲਦਾ ਉਹਨਾਂ ਕੋਲੋਂ, ਪਰ ਕੋਈ ਨਹੀਂ। ਫਿਲਹਾਲ ਸਾਨੂੰ ਅੱਜ ਕੋਈ ਜ਼ਿਆਦਾ ਵੱਡੀ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਿਆ, ਅਤੇ ਡਿਨਰ ਕੀਤਾ ਸੀ ਹੁਣੇ ਥੋੜ੍ਹੀ ਦੇਰ ਪਹਿਲਾਂ, ਔਰ ਕਰਦੇ ਹਾਂ ਹੁਣ ਆਰਾਮ, ਮਿਲਦੇ ਹਾਂ ਸਵੇਰੇ ਇੱਕ ਨਵੇਂ ਦਿਨ ਔਰ ਨਵੇਂ ਵਲੌਗ ਦੇ ਨਾਲ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।